ਵਿੱਚ ਇੱਕ ਨੌਜਵਾਨ ਨੂੰ ਕਾਬੂ ਕੀਤਾ। ਇਹ ਹਰਪ੍ਰੀਤ ਉਰਫ ਰਾਜੂ ਪੁੱਤਰ ਰਾਜ ਕੁਮਾਰ ਉਰਫ ਬੱਬੂ, ਇਹਨੂੰ ਅਸੀਂ ਕਾਬੂ ਕੀਤਾ। ਸਾਡੀ ਪੁਲਿਸ ਪਾਰਟੀ ਨੇ ਐਸ ਆਈ ਮੰਗਤ ਗੁਪਤਾ ਦੀ ਅਗਵਾਈ 'ਚ ਉੱਥੇ ਨਾਕਾ ਲਾਇਆ ਸੀ ਕਲਵਾੜਾ ਕੱਟ 'ਤੇ, ਅਤੇ ਪੈਦਲ ਆ ਰਿਹਾ ਸੀ ਅਤੇ ਪੁਲਿਸ ਪਾਰਟੀ ਦੇਖ ਕੇ ਜਦੋਂ ਮੁੜਿਆ ਤਾਂ ਉਹਨੇ ਸ਼ੱਕ ਦੀ ਬਣਾ 'ਤੇ ਇਹਨੂੰ ਕਾਬੂ ਕਰਕੇ ਇਹਦੀ ਜੋ ਤਲਾਸ਼ੀ ਲਈ ਅਤੇ ਇਹਦੇ ਡੱਬ ਵਿੱਚੋਂ ਇੱਕ 315 ਬੋਰ ਦਾ ਦੇਸੀ ਪਿਸਤੌਲ ਅਤੇ ਬਰਾਮਦ ਹੋਇਆ। ਜਦੋਂ ਉਹਨੂੰ ਅਨਲੋਡ ਕੀਤਾ ਤਾਂ ਉਹਦੇ ਵਿੱਚੋਂ ਇੱਕ ਜਿਹੜਾ ਰਾਊਂਡ 315 ਬੋਰ ਬਣਾਉਂਦਾ। ਅਤੇ ਕੀ ਕਾਰੋਬਾਰ ਕਰਦਾ ਹੈ? ਕਾਰੋਬਾਰ ਇਹ 10ਵੇਂ ਮਹੀਨੇ 'ਚ ਅਕਤੂਬਰ 'ਚ ਜੇਲ੍ਹ ਤੋਂ ਆਇਆ। ਇਹਦੇ ਖਿਲਾਫ਼ NDPS ਐਕਟ ਦਾ ਮੁਕੰਮਾ ਥਾਣਾ ਸਿਟੀ ਫਗਵਾੜਾ ਵਿਖੇ ਦਰਜ ਸੀ, ਉਹ 'ਚ ਇਹਨੂੰ 18 ਮਹੀਨੇ ਦੀ ਸਜ਼ਾ ਹੋਈ ਸੀ। ਕਿੱਧਰੋਂ ਫੜਿਆ ਗਿਆ ਬੰਦਾ, ਕਿੱਥੋਂ ਫੜਿਆ ਗਿਆ? ਇਹ ਇੱਧਰ ਖਲਵਾੜਾ ਕਾਟਾ ਨੂੰ ਬਾਬਾ ਗਧੀਆ ਰੋਡ ਤੋਂ ਆ ਰਿਹਾ ਸੀ। ਕੀ ਇਹ ਕੋਈ ਵਾਰਦਾਤ ਕਰਨ ਜਾ ਰਿਹਾ ਸੀ? ਇਹ ਅਜੇ ਇਨਵੈਸਟੀਗੇਸ਼ਨ ਜਾਰੀ ਆ, ਅਸੀਂ ਇਹ ਤੋਂ ਪੁੱਛਗਿੱਛ ਕਰ ਰਹੇ ਹਾਂ ਵੀ ਇਹ ਕਿਉਂ ਕਿੱਥੋਂ ਲੈ ਕੇ ਆਇਆ, ਕਿੱਥੋਂ ਇਹਨੇ ਇਹ ਪਿਸਤੌਲ ਜਾਂਦਾ ਅਤੇ ਕੀ ਇਹਨੇ ਕਰਨਾ ਸੀ, ਕੀ ਕੋਈ ਵਾਰਦਾਤ ਕਰਨ ਜਾ ਰਿਹਾ ਸੀ ਜਾਂ ਇਹਦੇ ਬਾਰੇ। ਅਸੀਂ ਇਹਨੂੰ ਅੱਜ ਹੀ ਕਾਬੂ ਕੀਤਾ ਅਤੇ ਇਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ। ਅਤੇ ਥਾਣਾ ਸਿਟੀ ਤੋਂ ਇਲਾਵਾ ਹੋਰ ਵੀ ਕਿਤੇ ਇਹਦੇ 'ਤੇ ਪਰਚੇ ਦਰਜ? ਹਾਂ, ਜਦੋਂ ਇਹ ਥਾਣਾ ਸਿਟੀ ਦੇ ਮੁਕੱਦਮੇ 'ਚ 18 ਮਹੀਨੇ ਦੀ ਇਹਨੂੰ ਸਜ਼ਾ ਹੋਈ ਸੀ, ਉਹ ਸਜ਼ਾ ਕੱਟ ਰਿਹਾ ਸੀ ਅਤੇ ਸਿਵਲ ਲਾਈਨ ਥਾਣੇ ਦੇ ਅਤੇ ਪੁਲਿਸ ਹਿਰਾਸਤ 'ਚੋਂ ਭੱਜਣ ਦਾ ਪਰਚਾ ਧਾਰਾ 223-224 ਦੇ ਵਿੱਚ ਦਰਜ ਹੋਇਆ ਸੀ। ਇਹ ਪਿਸਟਲ ਲੈ ਕੇ ਕੱਤੇ ਜਾ ਰਿਹਾ ਸੀ ਜੀ? ਇਹ ਪੈਦਲ ਹੀ ਜਾ ਰਿਹਾ ਸੀ। ਪੈਦਲ ਹੀ ਜਾ ਰਿਹਾ ਸੀ? ਹਾਂਜੀ। ਅਤੇ ਰਹਿਣ ਵਾਲਾ ਕਿਹੜੀ ਜਗ੍ਹਾ ਦਾ ਹੈ? ਇਹ ਮੇਲੀ ਗੇਟ ਹਾਊਸ ਨੰਬਰ 186 38 ਮਹੱਲਾ ਮੇਲੀ ਗੇਟ ਦਾ ਰਹਿਣ ਵਾਲਾ ਫਗਵਾੜੇ। ਅਤੇ ਕੀ ਕੋਈ ਹੁਣ ਤੱਕ ਸਾਹਮਣੇ ਆਇਆ ਕਿ ਕਿਤੇ ਰਿਵਾਲਵਰ ਲੈ ਕੇ ਕਿਤੇ ਕੋਈ ਵਾਰਦਾਤ ਕੀਤੀ ਹੈ ਨਾ? ਇਹ ਹੁਣ ਇਹਦੀ ਇਨਵੈਸਟੀਗੇਸ਼ਨ ਅੱਜ ਹੀ ਕਾਬੂ ਕੀਤਾ, ਅਸੀਂ ਅਜੇ ਤਾਂ ਕੱਲ੍ਹ ਨੂੰ ਪੇਸ਼ ਕਰਕੇ ਰਿਮਾਂਡ ਵੀ ਹਾਸਲ ਕਰਾਂਗੇ ਅਤੇ ਇਹਦੇ ਤੋਂ ਜਿਹੜੀ ਪੂਰੀ ਪੁੱਛਗਿੱਛ ਕਰਾਂਗੇ ਵੀ ਇਹਨੇ ਕਿੱਥੋਂ ਇਹ ਪਿਸਟਲ ਲਿਆਂਦਾ ਅਤੇ ਕੀ ਇਹਨੇ ਵਾਰਦਾਤਾਂ ਕੀਤੀਆਂ ਜਾਂ ਹੋਰ ਇਹਨੇ ਕੀ ਕਰਨਾ, ਉਹਦੀ ਸਾਰੀ ਜਿਹੜੀ ਅਸੀਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ। ਬਾਕੀ ਜੇ ਕੋਈ ਇਹਦਾ ਸਾਥੀ ਆ ਉਹਨਾਂ ਬਾਰੇ ਵੀ ਸਾਰੀ ਜਿਹੜੀ ਪੁੱਛ ਪੜਤਾਲ ਕਰ। ਠੀਕ ਹੈ।